ਆਪਾਂ ਹੁਣ ਨਿਕਲ ਆਏ ਬਾਹਰ ਇੱਥੋਂ ਅਤੇ ਕਾਫੀ ਵਧੀਆ ਲੱਗਾ ਮੈਨੂੰ ਅੰਦਰੋਂ ਇਹ ਸਾਰਾ, ਅਤੇ ਹੁਣ ਮੈਂ ਦੂਜੇ ਟੈਂਪਲ ਜਾਣਾ ਆ, ਦੂਜਾ ਟੈਂਪਲ ਵੀ ਵਿਖਾਉਣਾ ਤੁਹਾਨੂੰ ਕਿਵੇਂ ਦਾ ਕਿਵੇਂ ਦਾ ਨਹੀਂ ਆ। ਇਹ ਟੈਂਪਲ ਬਹੁਤ ਹੀ ਜ਼ਿਆਦਾ ਵਧੀਆ ਸੀ, ਪਿੱਛੇ ਵੇਖ ਸਕਦੇ ਤੁਸੀਂ ਇਹਦੀ ਉਹ ਇਮਾਰਤ ਕੋਈ ਇੱਦਾਂ ਦੀ ਆ, ਥੋੜ੍ਹੀ ਮਤਲਬ ਚਾਈਨੀਜ਼ ਟਾਈਪ ਕਹਿ ਲਈਏ, ਜਿਵੇਂ ਉਹਨਾਂ ਦੇ ਹੁੰਦੇ ਆ ਚਾਈਨਾ ਚੂਨਾ ਵਾਲਿਆਂ ਦੇ ਉੱਦਾਂ ਦਾ ਸੀ ਇਹ। ਚਾਈਨਾ ਵਾਲੇ ਵੈਸੇ ਤਕਰੀਬਨ ਬੁੱਧਿਜ਼ਮ ਹੀ ਹੁੰਦੇ ਆ ਮੇਰੇ ਹਿਸਾਬ ਨਾਲ, ਪੱਕਾ ਨਹੀਂ ਪਤਾ। ਬਹੁਤ ਵਧੀਆ ਟੈਂਪਲ ਸੀ ਇਹ। ਹੁਣ ਮਿੱਤਰੋ ਆਪਾਂ ਆ ਗਏ ਹਾਂ ਇੱਥੇ ਦੂਜੇ ਟੈਂਪਲ 'ਤੇ। ਮੈਨੂੰ ਮੁੰਡੇ ਨੇ ਦੱਸਿਆ ਸੀ ਕਿੱਥੋਂ ਦੇ ਨੇ, ਕਹਿੰਦਾ ਟੈਂਪਲ ਉਹੀ ਆ ਜਿਹੜਾ ਤੂੰ ਵੇਖ ਕੇ ਆਇਆ, ਕਹਿੰਦਾ ਇੱਥੇ ਮੂਰਤੀਆਂ ਮਾਰਤੀਆਂ ਪਈਆਂ ਨੇ, ਬਸ ਇਹ ਸਿਰਫ ਮਤਲਬ ਵੈਸੇ ਹੀ ਆ ਦੇਖਣ ਲਈ ਆ। ਅਤੇ ਕਹਿੰਦਾ ਇੱਥੇ ਤੂੰ ਵੇਖ ਸਕਦਾ ਮਤਲਬ ਉੱਦਾਂ ਫੋਟੋ ਕੇ ਕਲਿੱਕ ਕਰ ਸਕਦਾ ਇਹ ਵੇਖਣ ਲਈ ਆ। ਕਾਫੀ ਵਧੀਆ ਲੱਗਣ ਦਿਆ ਮੈਨੂੰ, ਮੈਂ ਬਸ ਪਹੁੰਚ ਗਿਆ ਉੱਥੇ। ਓਕੇ, ਅਤੇ ਵਿਖਾਉਣਾ ਆ ਤੁਹਾਨੂੰ ਅੱਗੇ ਪਹੁੰਚ ਕੇ, ਫਿਰ ਜਾ ਕੇ ਤੁਹਾਨੂੰ ਸਿਸਟਮ ਸਾਰਾ ਦੱਸਦਾ। ਪਿੱਛੋਂ ਵੇਖ ਸਕਦੇ ਤੁਸੀਂ ਇੱਦਾਂ ਦਾ ਜੇ ਕੋਈ। ਆਪਾਂ ਪਹੁੰਚ ਚੁੱਕੇ ਹਾਂ ਇੱਥੇ ਸਾਰੇ ਟੈਂਪਲ 'ਤੇ, ਅਤੇ ਵਿਖਾਉਣਾ ਤੁਹਾਨੂੰ ਅੰਦਰੋਂ ਮੈਂ। ਆਹ ਵੇਖ ਸਕਦੇ ਹੋ ਤੁਸੀਂ ਇਹਦੇ ਲਾਗੇ ਕੀ ਆ, ਤਾਮਾ ਜਾਂ ਮਜ਼ਾ ਮੇਰੇ ਹਿਸਾਬ ਨਾਲ ਉਹ ਬੰਦ ਪਿਆ ਯਾਰ, ਬਾਕੀ ਵੇ ਨਾ ਤਾਲਾ ਜਿਹਾ ਲੱਗਾ, ਇਹ ਕੁਝ ਇੱਦਾਂ ਦਾ ਜੇ। ਕਾਫੀ ਵਧੀਆ ਅੰਦਰੋਂ ਦੇਖਣ 'ਚ ਇਹੀ ਲੱਗਣ ਦਿਆ, ਅਤੇ ਹਾਂ ਵੇਖ ਸਕਦੇ ਤੁਸੀਂ ਇੱਥੇ ਲੋਕ ਮੱਥਾ ਵੀ ਟੇਕਦੇ ਮੇਰੇ ਹਿਸਾਬ ਨਾਲ, ਕਾਫੀ ਪੈਸੇ ਪੂਸੇ ਚੜ੍ਹਾਏ ਆ। ਇਹ ਵੀ ਵੇਖ ਸਕਦੇ ਤੁਸੀਂ, ਕਾਫੀ ਵਧੀਆ ਲੱਗਾ ਮੈਨੂੰ ਇਹ। ਮੇ ਵੀ ਹਿਸਟਰੀ ਹੈ ਇਹਦੀ, ਸਾਰਾ ਕੁਛ ਵਧੀਆ, ਤਾਮਾ ਝਾਮਾ ਸੈੱਟ ਆ। ਇੱਧਰੋਂ ਵੀ ਵਿਖਾਉਂਦਾ ਹਾਂ ਮੈਂ ਤੁਹਾਨੂੰ ਸਾਰਾ, ਮੂਰਤੀਆਂ ਮਾਰਤੀਆਂ ਹੀ ਆ ਸਾਰੀਆਂ ਹਰ ਕਿਤੇ। ਅਤੇ ਇੱਥੇ ਆ ਵੇ ਇੱਦਾਂ ਹੀ ਆ, ਇੱਧਰ ਵੀ ਇਹ ਸੇਮ ਮੂਰਤੀ। ਹੈਲੋ ਬ੍ਰਦਰ, ਇਹ ਸੇਮ ਮੂਰਤੀਆਂ ਸਾਰੀਆਂ ਇੱਥੇ। ਅਤੇ ਆਹ ਚੈੱਕ ਕਰੋ ਗੁੰਮਜ, ਇਹ ਬੁੱਧਾ ਦੀ ਮੂਰਤੀ ਆ। ਆਹ ਇਹਨਾਂ ਨੇ ਇਹਨਾਂ ਦੀ ਭਾਸ਼ਾ 'ਚ ਲਿਖਿਆ ਹੋਇਆ, ਮੈਨੂੰ ਸਮਝ ਨਹੀਂ ਆਉਂਦਾ ਕੁਛ ਕੀ ਲਿਖਿਆ ਵਾ ਕੀ ਨਹੀਂ। ਮੂਰਤੀ ਤਾਂ ਬਹੁਤ ਵਧੀਆ ਆ, ਬਹੁਤ ਹੀ ਜ਼ਿਆਦਾ ਵਧੀਆ। ਆਹ ਇੱਧਰ ਪਾਣੀ ਪੂਣੀ ਆ, ਉਹ ਵੀ ਪਾਣੀ 'ਚ ਹੀ ਬਣਿਆ। ਹਾਂ ਬਈ ਦੋਸਤੋ, ਆਪਾਂ ਉੱਥੋਂ ਹੋ ਆਏ ਹਾਂ, ਗੰਗਾ ਰਾਮਾ ਸਿਆਮਾ ਟੈਂਪਲ ਜੋ ਵੀ ਸੀ ਉਹਦਾ ਨਾਮ, ਅਤੇ ਹੁਣ ਆਪਾਂ ਅਗਲੇ ਟੈਂਪਲ 'ਤੇ ਜਾ ਰਹੇ ਹਾਂ। ਉਹਦਾ ਨਾਂ ਹੀ ਉਹਦਾ ਹੈਗਾ ਆ ਸ਼੍ਰੀ ਕੈਲਵਾਸ ਨਾਥ, ਪਤਾ ਨਹੀਂ ਕੁਝ ਇੱਦਾਂ ਦਾ ਨਾਮ ਆ, ਮੈਨੂੰ ਲੈਣਾ ਨਹੀਂ ਆ ਰਿਹਾ। ਅਤੇ ਦੇਖਦੇ ਹਾਂ ਉਹ ਕਿੱਦਾਂ ਦਾ ਕਿੱਦਾਂ ਦਾ ਨਹੀਂ, ਉਹ ਵੀ ਵਿਖਾਉਂਦਾ ਮੈਂ ਤੁਹਾਨੂੰ। ਕਾਫੀ ਵੱਡਾ ਆ ਆਉਂਦੇ ਉਹ, ਅਤੇ ਮਤਲਬ ਬਾਕੀ ਦੇਖੇ ਪਤਾ ਲੱਗੂਗਾ ਕੀ ਸਿਸਟਮ ਹੋਊਗਾ ਕੀ ਨਹੀਂ, ਕੀ ਬਣਦਾ ਕਿੱਦਾਂ, ਕਿਉਂਕਿ ਉਹ ਤਾਂ ਹੁਣ ਉੱਥੇ ਜਾ ਕੇ ਪਤਾ ਲੱਗਣਾ ਨਾ ਕਿੱਦਾਂ ਦਾ ਕਿੱਦਾਂ ਦਾ ਨਹੀਂ। ਬਾਕੀ ਉਹ ਟੈਂਪਲ ਵਿਜ਼ਿਟ ਕਰਕੇ ਦੈਨ ਆਪਾਂ ਅੱਗੇ ਜਾਵਾਂਗੇ ਕਿਤੇ ਹੋਰ, ਫਿਰ
ਦੇਖਦੇ ਹਾਂ ਮਿਲਦੇ ਕੋਈ ਨਹੀਂ ਉੱਥੇ, ਤੁਹਾਨੂੰ ਮੈਂ ਵਿਖਾਉਂਦਾ ਹਾਂ ਕਿੱਦਾਂ ਦਾ ਆ। ਇਹ ਹੈਗਾ ਆ ਹਿੰਦੂ ਟੈਂਪਲ, ਇਹ ਹੁਣ ਇਸ ਵਕਤ ਹੋ ਚੁੱਕਿਆ ਬੰਦ, ਸ਼ਾਮਾਂ ਨੂੰ ਖੁੱਲ੍ਹਣਾ ਹੈ 5 ਵਜੇ, ਅਤੇ ਕਹਿੰਦੇ ਹੁਣ ਤੁਸੀਂ ਦੇਖ ਨਹੀਂ ਸਕਦੇ ਸ਼ਾਮਾਂ ਨੂੰ 5 ਵਜੇ ਦੇਖਿਓ। ਸਾਨੂੰ 5 ਵਜੇ ਆਪਾਂ ਵਿਜ਼ਿਟ ਕਰਦੇ ਹਾਂ ਦੁਬਾਰਾ, ਅਤੇ ਦੇਖਦੇ ਹਾਂ ਵੀ ਇਹ ਕਿੱਦਾਂ ਦਾ ਆ, ਵੇਖਣ 'ਚ ਕਾਫੀ ਵਧੀਆ ਲੱਗਣ ਦਿਆ, ਅਤੇ ਵੇਖ ਸਕਦੇ ਹੋ ਤੁਸੀਂ। ਬਾਕੀ ਸ਼ਾਮਾਂ ਨੂੰ ਦੇਖਦੇ ਹਾਂ, ਜੇ ਤਾਂ ਆਇਆ ਜਾਊਗਾ ਫਿਰ ਵਿਜ਼ਿਟ ਕਰਦੇ ਹਾਂ। ਹੁਣ ਆਪਾਂ ਚੱਲੇ ਹਾਂ ਕਿਤੇ ਹੋਰ ਅੱਗੇ, ਅੱਗੇ ਤੁਹਾਨੂੰ ਪਤਾ ਲੱਗ ਜਾਣਾ ਹੈ ਵੀ। ਮਿੱਤਰੋ ਇਹ ਹੈਗਾ ਇਹਨਾਂ ਦਾ ਵਾਈਟ ਹਾਊਸ, ਇਹ ਵਾਈਟ ਹਾਊਸ ਹੀ ਕਹਿੰਦੇ ਆ, ਅਤੇ ਆ ਇਹਨਾਂ ਦੇ ਫਲੈਗਸ ਆ। ਇਹ ਅੱਜ ਮੇਰੇ ਹਿਸਾਬ ਨਾਲ ਡਾਊਨ ਆ ਕਿਉਂਕਿ ਕੱਲ੍ਹ ਇਰਾਨ ਦਾ ਰਾਸ਼ਟਰਪਤੀ ਮਤਲਬ ਪੂਰਾ ਹੋ ਗਿਆ, ਪੰਜਾਬੀ 'ਚ ਕਹੀਏ ਪੂਰਾ ਹੋ ਗਿਆ ਅਤੇ ਇੰਗਲਿਸ਼ 'ਚ ਕਹੀਏ ਡੈਥ ਹੋ ਗਈ ਉਹਦੀ, ਉਹ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਅਤੇ ਆਹ ਚੈੱਕ ਕਰ ਸਕਦੇ ਤੁਸੀਂ ਨਜ਼ਾਰਾ, ਆਹ ਚੀਨੀਆਂ ਚੂਨੀਆਂ ਜਿਹੇ ਲੱਗੇ ਆ। ਇੱਥੇ ਕੱਲ੍ਹ ਨਾ ਬੁੱਧਾ ਦਾ ਫੈਸਟੀਵਲ ਆ, ਕਾਫੀ ਭੀੜ ਭਾੜ ਹੋਣ ਵਾਲੀ ਆ। ਆਹ ਬੁੱਧਾ ਮੂਰਤੀ ਦੇਖੋ, ਬਹੁਤ ਹੀ ਵਧੀਆ ਆ, ਬਹੁਤ ਹੀ ਜ਼ਿਆਦਾ। ਅਤੇ ਇੱਥੋਂ ਦਾ ਨਜ਼ਾਰਾ ਕਾਫੀ ਵਧੀਆ, ਕਾਫੀ ਵਧੀਆ ਲੱਗਾ। ਆਹ ਹੈਗਾ ਆ ਲੋਟਸ ਟਾਵਰ, ਇੱਥੇ ਵੀ ਆਪਾਂ ਜਾਣਾ ਆ, ਵਿਖਾਉਂਦੇ ਹਾਂ ਤੁਹਾਨੂੰ ਕੋਈ ਨਾ, ਬਹੁਤ ਹੀ ਵਧੀਆ। ਉਹ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਇੰਡੀਪੈਂਡੈਂਟ ਮੈਮੋਰੀਅਲ ਹਾਲ, ਇਹ ਪਿੱਛੇ ਤੁਸੀਂ ਦੇਖ ਸਕਦੇ ਜੇ ਆਪਣੇ, ਠੀਕ ਆ ਜੀ। ਇਹ ਜਿਹਦੀ ਮੂਰਤੀ ਲੱਗੀ ਹੋਈ ਆ, ਇਹ ਹੀ ਪਹਿਲਾ ਪ੍ਰਾਈਮ ਮਿਨਿਸਟਰ ਸ਼੍ਰੀਲੰਕਾ ਦਾ, ਪਹਿਲਾਂ ਪ੍ਰਾਈਮ ਮਿਨਿਸਟਰ ਸ਼੍ਰੀਲੰਕਾ ਦਾ ਪਹਿਲਾਂ ਨਾਮ ਹੁੰਦਾ ਸੀ ਸਲੋਨ, ਸਲੋਨ ਤੋਂ ਬਾਅਦ ਬਦਲ ਕੇ ਰੱਖਿਆ ਗਿਆ ਸ਼੍ਰੀਲੰਕਾ, ਠੀਕ ਆ ਜੀ। ਇਹਦਾ ਨਾਂ ਹੈਗਾ ਸਟੈਫਹੈਨ, 47 'ਚ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਸੀ ਜੀ, ਅਤੇ 1952 'ਚ ਇਹ ਮਤਲਬ ਪੂਰਾ ਹੋ ਗਿਆ, 1952 'ਚ ਇਹਦੀ ਡੈਥ ਹੋ ਗਈ ਸੀ, ਠੀਕ ਆ ਜੀ। ਉਦੋਂ ਦੀ ਇਹ ਯਾਦਗਾਰ ਬਣਾਈ ਗਈ ਆ, ਅਤੇ ਤੁਸੀਂ ਵੇਖ ਸਕਦੇ ਹੋ ਪਿੱਛੇ। ਬਾਕੀ ਹੁਣ ਆਪਾਂ ਮਿਊਜ਼ੀਅਮ ਵੇਖਦੇ ਹਾਂ, ਮਿਊਜ਼ੀਅਮ 'ਚ ਕੀ ਮਾਹੌਲ ਆ ਕੀ ਨਹੀਂ ਆ, ਮਿਊਜ਼ੀਅਮ ਵੀ ਤੁਹਾਨੂੰ ਦਿਖਾਉਂਦੇ ਹਾਂ। ਮਿੱਤਰ ਹੈਗਾ ਕੁਝ ਇੱਦਾਂ ਦਾ, ਠੀਕ ਹੈ ਮੇਰੇ ਹਿਸਾਬ ਨਾਲ ਕੋਈ ਹੈ ਨਹੀਂ ਆ ਇੱਥੇ ਕੋਈ ਚੀਜ਼ ਚਾਹ ਦੇਖਣ ਲਈ, ਬਸ ਆਹ ਲੱਗਾ ਇੰਸਟਰੂਮੈਂਟ ਜਿਹਾ ਇਹਨਾਂ ਦਾ, ਡੀਜੇ ਡਾਜੇ ਇਹ ਵੀ ਹੁਣ ਦੇ ਹੀ ਆ, ਇੱਧਰ ਆ ਡੀਜੇ ਡਾਜੇ ਦੇ ਆ। ਬਾਕੀ ਸਾਹਮਣੇ ਚੈੱਕ ਕਰੋ, ਆਹ ਛਰਲੇ ਜੇ ਪੈਂਦਾ, ਇੱਧਰ ਪਾਰਕ, ਪਾਰਕ ਬਣੀ ਆ ਇੱਥੇ, ਠੀਕ ਆ ਜੀ। ਮਿੱਤਰੋ ਘੁੰਮ ਫਿਰ ਕੇ ਆਪਾਂ ਹੁਣ ਆ ਗਏ ਹਾਂ ਬੀਚ 'ਤੇ, ਆਹ ਪਿੱਛੇ ਬਿਲਡਿੰਗ ਦਾ ਵਿਊ ਵੇਖੋ ਕਿੱਦਾਂ ਦਾ, ਮਲੇਸ਼ੀਆ ਦੀ ਤਰ੍ਹਾਂ ਲੱਗਦੀ, ਮਲੇਸ਼ੀਆ 'ਚ ਹੈਗਾ ਨਾ ਇੱਕ ਇੱਦਾਂ ਦਾ ਸਿਸਟਮ ਜਿਹਾ। ਅਤੇ ਹੁਣ ਆਪਾਂ ਬੀਚ 'ਤੇ ਘੁੰਮਦੇ ਫਿਰਦੇ ਹਾਂ, ਕਾਫੀ ਵਧੀਆ ਨਜ਼ਾਰਾ, ਚੈੱਕ ਕਰ ਸਕਦੇ ਤੁਸੀਂ। ਉਹ ਉੱਥੇ ਪਿੱਛੇ ਫੋਟੋਆਂ ਖਿੱਚਣ ਲਈ ਵੀ ਹੈਗਾ ਸਾਰਾ, ਤਾਂ ਮਜ਼ਾ ਮਜ਼ਾ ਇਹਨਾਂ ਦਾ। ਅਤੇ ਚੱਲਦੇ ਹਾਂ ਬੀਚ 'ਤੇ ਅਤੇ ਵਿਖਾਉਂਦੇ ਹਾਂ ਤੁਹਾਨੂੰ ਉੱਥੇ ਵੀ ਕੀ ਮਾਹੌਲ ਚੱਲ ਰਿਹਾ, ਆ ਜਾਓ। ਅਤੇ ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ, ਕਾਫੀ ਵਧੀਆ ਰਿਹਾ, ਸਾਰਾ ਕੁਝ ਘੈਂਟ ਸੀ। ਜਿੰਨੀਆਂ ਵੀ ਪਲੇਸ ਆਪਾਂ ਵਿਜ਼ਿਟ ਕੀਤੀਆਂ ਨੇ ਸਾਰੀਆਂ ਘੈਂਟ ਹੀ ਮਿਲੀਆਂ ਨੇ। ਮੈਂ ਜਾਣਾ ਸੀ ਵੈਸੇ ਸਿਟੀ ਪੋਰਟ 'ਤੇ, ਉਹ ਪਿੱਛੇ ਨਜ਼ਰ ਆਉਂਦੇ ਨਾ, ਆਵੇ ਇੱਧਰ ਆਵੇ ਹੈ ਨਾ, ਅਤੇ ਉੱਥੇ ਜਾਇਆ ਨਹੀਂ ਗਿਆ। ਮੈਂ ਚੱਲ ਸ਼ਾਮ ਨੂੰ ਚੱਲਦੇ, ਈਵਨਿੰਗ ਉੱਥੇ ਵੇਖਣ ਵਾਲਾ ਹੁੰਦਾ ਨਜ਼ਾਰਾ ਆ। ਹੁਣ ਆਪਾਂ ਇੱਥੇ, ਮੈਂ ਸੋਚਿਆ ਘੜੀ ਬੀਚ 'ਤੇ ਨਜ਼ਾਰਾ ਲੈ ਲੈਂਦੇ ਹਾਂ, ਅਤੇ ਆਪਾਂ ਹੁਣ ਆ ਗਏ ਬੀਚ 'ਤੇ। ਆਹ ਪਿੱਛੇ ਸ਼੍ਰੀਲੰਕਾ ਦਾ ਝੰਡਾ ਆ, ਅੱਜ ਸਾਰੇ ਝੰਡੇ ਡਾਉਣ ਆ, ਕੱਲ੍ਹ ਇਰਾਨ ਦਾ ਪ੍ਰਾਈਮ ਮਿਨਿਸਟਰ ਪੂਰਾ ਹੋ ਗਿਆ ਆ, ਸੋ ਤਦ ਕਰਕੇ ਆਇਓ ਬੀਚ ਦਾ ਨਜ਼ਾਰਾ ਵਿਖਾਉਂਦੇ ਹਾਂ ਤੁਹਾਨੂੰ। ਬੀਚ ਦਾ ਨਜ਼ਾਰਾ ਕੁਝ ਇੱਦਾਂ ਦਾ ਆ, ਚੈੱਕ ਕਰੋ, ਆਹ ਸਾਰੇ ਲੋਕ ਇੱਥੇ ਫੋਟੋਆਂ ਖਿੱਚਣ ਲਈ ਆਏ ਆ। ਆਹ ਵੀ ਆਹ ਚਲੋ ਚੈੱਕ ਬਿਲਡਿੰਗ ਪਈ, ਬਹੁਤ ਹੀ ਵਧੀਆ ਨਜ਼ਾਰਾ ਬੀਚ ਦਾ ਵੀ, ਕਾਮਾ ਜਾਮਾ ਸੈੱਟ ਆ।